देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। सर, कोविड 19 दे विच तुहानू पता ही है कि जिस किस्म दे हालात रहे ने, सारियां स्टेट गवर्नमेंट्स की इकनोमिक स्लोडाउन होने के कारण इकनोमिक स्थिति जिहड़ी है बहुत सारी कमजोर है। सूबे दियां सरकारां ने अपनियां सोशल स्कीम्स जिहड़ियां बुढ़ापा पेंशन है साडी, अपने इंपलॉयज़ नूं लेटेस्ट सेंटर दे नाल जिहड़े असीं ट्रेंड दे मुताबक तनखाहां देनियां ने, साडी गरीबां वास्ते बणियां होईयां स्कीम्स जिहड़ियां ने, साडा बकायदा तौर पैसा बिल्कुल ही कट रहा गया। मैं गवर्नमेंट ऑफ इंडिया का विशेष ध्यान इस गल वल लैके आना चाहना कि असीं वेख्या कि जदों दा ਇਹ ਫਾਰਮਰਸ ਦੇ ਕਿਸਾਨਾਂ ਦੀ ਤਿੰਨ ਬਿੱਲਾਂ ਦੇ ਖਿਲਾਫ ਐਜੀਟੇਸ਼ਨ ਸ਼ੁਰੂ ਹੋਈ ਹੈ ਅਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਜਿਹੜੇ ਨੇ ਇਹ ਅੱਗੇ ਲੱਗ ਕੇ ਇਸ ਮੂਵਮੈਂਟ 'ਚ ਆਏ ਨੇ। ਗਵਰਨਮੈਂਟ ਆਫ ਇੰਡੀਆ ਦਾ ਧਿਆਨ ਵੀ ਵਿਸ਼ੇਸ਼ ਤੌਰ ਪੰਜਾਬ ਵੱਲ ਇੱਕ ਮਤਰਈ ਮਾਂ ਵਾਲਾ ਸਲੂਕ ਕਰਨ ਵਾਲਾ ਹੋ ਗਿਆ। ਮੈਂ ਸਾਰਿਆਂ ਨੂੰ ਪਹਿਲੇ ਦੱਸਣਾ ਚਾਹੁੰਦਾ ਸਰ, RDF ਰੂਰਲ ਡਿਵੈਲਪਮੈਂਟ ਫੰਡ ਜਿਹੜਾ ਹੈ ਇਹ ਸਰ ਸਾਨੂੰ 3% ਮਿਲਦਾ ਸੀ ਜਿਹੜਾ ਅਸੀਂ ਝੋਨੇ ਅਤੇ ਕਣਕ ਦੀ ਖਰੀਦ ਫੂਡ ਕਾਰਪੋਰੇਸ਼ਨ ਆਫ ਇੰਡੀਆ ਲੈਂਦੀ ਸੀ ਸਾਡੇ ਕੋਲ। ਹੁਣ ਉਹ ਤੁਸੀਂ ਘਟਾ ਕੇ 3% ਤੋਂ 1% ਕਰ ਦਿੱਤਾ। ਪੰਜਾਬ ਦੇ ਸੂਬੇ ਨੂੰ ਸਰ 1,000 ਕਰੋੜ ਰੁਪਏ ਦਾ ਸਾਲਾਨਾ ਘਾਟਾ ਹੋਇਆ। ਨੰਬਰ 2 ਸਰ, GST ਜਿਹਦਾ ਸਾਰੇ ਸੂਬਿਆਂ ਨੇ ਇੱਥੇ ਜ਼ਿਕਰ ਕੀਤਾ, ਇਹ ਬਕਾਇਦਾ ਤੌਰ ਕਿਹਾ ਗਿਆ ਸੀ ਜਦੋਂ ਸ਼ੁਰੂ ਦੇ ਵਿੱਚ GST ਰਜੀਮ ਇਨ ਪਲੇਸ ਆਈ ਹੈ ਕਿ ਹਰ ਮਹੀਨੇ ਸੂਬਿਆਂ ਨੂੰ ਸੈਂਟਰ ਜਿਹੜੀ ਹੈ ਉਹਨਾਂ ਦਾ ਹਿੱਸਾ ਦਿੱਤਾ ਜਾਏਗਾ। ਅੱਜ ਪੰਜਾਬ ਨੂੰ ਪਿਛਲੇ 6 ਮਹੀਨੇ ਦਾ 8200 ਕਰੋੜ ਰੁਪਈਆ ਸੈਂਟਰ ਵੱਲੋਂ ਅਜੇ ਤੱਕ ਨਹੀਂ ਮਿਲਿਆ ਜੀ, 8200 ਕਰੋੜ ਰੁਪਇਆ। ਤੀਸਰੀ ਗੱਲ ਮੈਂ ਅੱਜ ਹੀ ਸਰ ਤੁਹਾਡੇ ਨੋਟਿਸ 'ਚ ਲੈ ਕੇ ਆਉਣਾ ਚਾਹੁੰਦਾ, ਆਹ ਇੱਕ ਬਹੁਤ ਇੰਪੋਰਟੈਂਟ ਅੰਗਰੇਜ਼ੀ ਦੀ ਅਖਬਾਰ ਹੈ ਪੰਜਾਬ ਦੀ, ਜਿਸ ਨੇ ਜ਼ਿਕਰ ਕੀਤਾ ਕਿ 1 ਮਹੀਨਾ ਅਜੇ ਕਣਕ ਚਾਂਦ 'ਚ ਰਹਿ ਗਿਆ। 1 ਮਹੀਨਾ ਅਜੇ ਆਉਣ 'ਚ ਕਣਕ, April ਦੀ 13 ਤੋਂ ਕਣਕ ਦੀ ਕਟਾਈ ਸ਼ੁਰੂ ਹੋਣੀ ਹੈ। ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਨਵੇਂ ਇੱਥੇ ਨਿਰਧਾਰਿਤ ਕਰ ਦਿੱਤੇ ਨੇ ਨਿਯਮ, ਸਰ ਦੀ FCI ਟੂ ਟਾਈਟਨ ਫੂਡ ਗ੍ਰੇਨ ਪ੍ਰੋਕਿਓਰਮੈਂਟ ਨੋਰਮਸ, ਇਟ ਹੈਜ਼ ਜਸਟ ਕਮ 1 month ਅਰਲੀਅਰ ਟੂ ਦੀ ਪ੍ਰੋਕਿਓਰਮੈਂਟ। ਪਾਲਿਸੀ ਮੇਕਰਸ ਫਾਰਮਰ ਸੀ ਇਟ ਐਜ ਅਨਦਰ ਅਟੈਂਪਟ ਔਨ ਦੀ ਸਟੇਟ ਐਂਡ ਦੀ ਔਨ ਗੋਇੰਗ ਸਟੇਅਰ ਅਗੇਂਸਟ। ਤੋ ਮੈਂ ਇਹ ਪੁੱਛਣਾ ਚਾਹੁੰਦਾ ਸਰ, ਗਲੋਬਲ ਵਾਰਮਿੰਗ ਕੀ ਕਿਸੇ ਕਿਸਾਨ ਦੇ ਹੱਥ 'ਚ ਹੈ? ਤੁਸੀਂ ਨੋਰਮਸ ਹੁਣ 1 ਮਹੀਨਾ ਪਹਿਲੇ ਲੈ ਕੇ ਆ ਰਹੇ ਹੋ ਕਿ ਦੀ ਮੋਇਸਚਰ ਰਿਡਿਊਸ ਮੋਇਸਚਰ ਕੰਟੈਂਟ ਫਰੋਮ 14 to 12%, ਓਨਲੀ ਦੈਨ ਵੀ ਵਿਲ ਬਾਏ। ਉਹਦੇ ਨਾਲ ਤੁਸੀਂ ਦਾਣੇ ਦਾ ਇਹ ਕਹਿ ਦਿੱਤਾ ਰਿਡਿਊਸ ਫੋਰਨ ਮੈਟਰ, ਕਹਿੰਦੀ ਫਾਰਮਰ ਇਜ਼ ਫੋਰਨ ਮੈਟਰ ਇਨ ਦੀ ਹੈਂਡਸ ਆਫ ਦੀ ਪੰਜਾਬ ਔਰ ਹਰਿਆਣਾ ਫਾਰਮਰਸ। ਫਿਰ ਤੀਸਰੀ ਗੱਲ ਕਹਿ ਦਿੱਤੀ ਹੈ ਕਿ ਵੇਟ ਪ੍ਰੀ ਹੈਕਟਰ ਟੂ ਬੀ ਇੰਟਰੋਡਿਊਸਡ ਫੋਰ ਐਕਸਪੋਰਟ। ਸੋ ਗੱਲ ਕਹਿਣ ਦਾ ਮਤਲਬ ਸੀ ਕਿ ਬਕਾਇਦਾ ਤੌਰ ਰਾਈਟ ਪ੍ਰਤਾਪ ਸਿੰਘ ਜੀ। ਆਲ ਵਰਲਡ ਓਪਨ ਚੈਲੰਜ 17-time ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ 'ਚ ਸਮਾਧਾਨ। ਫ੍ਰੀ ਮੀਆਂ ਰਫੀਕ ਮੁਹੰਮਦ, ਮੋਬਾਈਲ 84374-9647-84374-9648। ਪੰਡਿਤ ਰਾਧੇ ਸ਼ਰਮਾ, ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ। 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ। ਮੁਸਲਮਾਨੀ, ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। ਮੋੜੀ ਵਸ਼ੀਕਰਨ ਕਰਵਾਓ, ਮਨਚਾਹ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ ਕਾਰੋਬਾਰ 'ਚ ਰੁਕਾਵਟ, ਵਿਦੇਸ਼ ਯਾਤਰਾ, ਲਾਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 98 788 0 48 80 85 88 6 17।